ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ, ਜੋ ਸੰਸਕਾਰ ਵਾਸਤੇ ਐਂਬੂਲੈਂਸ ਵਗੈਰਾ ਪਹੁੰਚ ਚੁੱਕੀ ਹੈ, ਅਤੇ ਜੋ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਨੇ ਉਹ ਮਲਕੀਤ ਸਿੰਘ ਜੀ ਅਰਦਾਸ ਬੇਨਤੀ ਵਾਸਤੇ ਪਹੁੰਚੇ ਨੇ। ਤੁਸੀਂ ਇਸ ਟਾਈਮ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਜੋ ਵੇਰਕੇ ਤੋਂ ਵਾਰ ਵਾਰ ਸ਼ੁਕਰ ਚੱਕ ਏਰੀਆ ਹੈ, ਉਸ ਜਗ੍ਹਾ 'ਤੇ ਭਾਈ ਸਾਹਿਬ ਦਾ ਸੰਸਕਾਰ ਵਾਸਤੇ ਜੋ ਪ੍ਰਸ਼ਾਸਨ ਵੱਲੋਂ ਅਰੇਂਜਮੈਂਟ ਹੋ ਰਿਹਾ ਹੈ, ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਲਾਈਵ ਲੈ ਦੇਖ ਸਕਦੇ ਹੋ ਤੁਸੀਂ ਕਿ ਐਂਬੂਲੈਂਸ ਵਿੱਚ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਡੈੱਡ ਬੋਡੀ ਪਈ ਹੋਈ ਹੈ, ਅਤੇ ਉਹਨਾਂ ਦਾ ਬੇਟਾ ਜੋ ਸੰਸਕਾਰ ਵਾਸਤੇ ਪਹੁੰਚਿਆ ਹੈ। ਬਾਕੀ ਪ੍ਰਸ਼ਾਸਨ ਜੋ ਹੈ ਕਾਫੀ ਪੁਖਤਾ ਅਰੇਂਜਮੈਂਟ ਨੇ ਪ੍ਰਸ਼ਾਸਨ ਵੱਲੋਂ, ਜੋ ਸੰਸਕਾਰ ਦੀ ਰਸਮ ਹੋਣ ਜਾ ਰਹੀ ਹੈ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਵੇਰਕੇ ਤੋਂ, ਜੋ ਵਾਰ ਵਾਰ ਸ਼ੁਕਰ ਚੱਕ ਨੂੰ ਏਰੀਆ ਹੈ, ਉਸ ਏਰੀਏ ਵਿੱਚ ਭਾਈ ਸਾਹਿਬ ਦਾ ਸੰਸਕਾਰ ਦੀ ਮਰਿਆਦਾ ਨੂੰ ਪ੍ਰਸ਼ਾਸਨ ਅਤੇ ਡਾਕਟਰੀ ਅਤੇ ਉਹ ਨਾਲ ਭਾਈ ਸਾਹਿਬ ਦਾ ਬੇਟਾ ਅਤੇ ਗਿਆਨੀ ਮਲਕੀਤ ਸਿੰਘ ਹੁਣੀ ਅਰਦਾਸ ਵਾਸਤੇ ਪਹੁੰਚੇ ਨੇ। ਤੁਸੀਂ ਸਾਰੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ। ਅੱਜ ਪ੍ਰਸ਼ਾਸਨ ਵੱਲੋਂ ਦਿਨ ਵਰਤ ਸੰਸਕਾਰ ਦਾ ਅਰੇਂਜਮੈਂਟ ਕੀਤਾ ਗਿਆ ਸੀ, ਜਿੱਥੇ ਵੇਰਕੇ ਦੇ ਲੋਕਾਂ ਨੇ ਵਿਰੋਧ ਕੀਤਾ, ਜਿਸ ਵਿੱਚ ਕਹਿ ਸਕਦੇ ਹਾਂ ਅਸੀਂ ਕਿ ਜਿਹੜੇ ਮੋਹਤਵਾਰ ਲੀਡਰ ਹੁੰਦੇ ਨੇ ਕੁਛ, ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਕਿ ਇਸ ਜਗ੍ਹਾ 'ਤੇ ਸੰਸਕਾਰ ਨਹੀਂ ਕਰਨ ਦਾ ਦੇਣਾ। ਅਤੇ ਪ੍ਰਸ਼ਾਸਨ ਨੇ ਵੀ ਸੂਝਬੂਝ ਦੇਖਦੇ ਹੋਏ ਵੇਰਕੇ ਦੀ ਜੋ ਪੰਚਾਇਤੀ ਜਗ੍ਹਾ ਹੈ, ਉਸ ਪੰਚਾਇਤੀ ਜਗ੍ਹਾ 'ਤੇ ਸੰਸਕਾਰ ਕੀਤਾ ਜਾ ਰਿਹਾ ਪਿੰਡ ਤੋਂ ਵਾਰ ਵਾਰ। ਜੋ ਇਸ ਏਰੀਏ ਤੋਂ ਨੇੜਲੀ ਆਬਾਦੀ ਜੋ ਪੈਂਦੀ ਹੈ, ਉਹ ਘੱਟ ਤੋਂ ਘੱਟ ਵੀ 4 ਤੋਂ 5 ਕਿਲੋਮੀਟਰ ਹਟਵੀਂ ਪੈਂਦੀ ਹੈ।
ਐਂਬੂਲੈਂਸ ਵਿੱਚ ਜੋ ਭਾਈ ਸਾਹਿਬ ਦੀ ਡੈੱਡ ਬੋਡੀ ਪਈ ਹੈ, ਅਤੇ ਜੋ ਡਾਕਟਰੀ ਸਟਾਫ ਅਤੇ ਪ੍ਰਸ਼ਾਸਨ ਅਤੇ ਨਾਲ ਭਾਈ ਸਾਹਿਬ ਦਾ ਬੇਟਾ ਅਤੇ ਡਿਗਿਆਣੀ ਮਲਕੀਤ ਸਿੰਘ ਜੀ ਉੱਥੇ ਮੌਜੂਦ ਨੇ, ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਜੋ ਬਾਈਪਾਸ ਰੋਡ ਹੈ ਅੰਮ੍ਰਿਤਸਰ ਤੋਂ ਪਠਾਨਕੋਟ ਰੋਡ ਵੇਰਕੇ ਤੋਂ ਬਾਹਰ ਵਾਰ, ਉਸ ਜਗ੍ਹਾ 'ਤੇ ਭਾਈ ਸਾਹਿਬ ਦਾ ਸੰਸਕਾਰ ਕੀਤਾ ਜਾ ਰਿਹਾ ਹੈ। ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿ ਜਿਵੇਂ ਡਾਕਟਰ ਭਾਈ ਸਾਹਿਬ ਦੀ ਡੈੱਡ ਬੋਡੀ ਜੋ ਐਂਬੂਲੈਂਸ 'ਚੋਂ ਬਾਹਰ ਕੱਢ ਰਹੇ ਨੇ ਜੀ। ਆਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਦੇ ਉੱਤੇ। ਜੋ ਭਾਈ ਸਾਹਿਬ ਦੀ ਡੈੱਡ ਬੋਡੀ ਬਾਹਰ ਐਂਬੂਲੈਂਸ 'ਚੋਂ ਕੱਢ ਰਹੇ ਨੇ ਜੀ। ਜੋ ਭਾਈ ਸਾਹਿਬ ਦਾ ਬੇਟਾ ਅਤੇ ਗਿਆਨੀ ਮਲਕੀਤ ਸਿੰਘ ਜੀ ਅਰਦਾਸ ਵਾਸਤੇ ਉੱਥੇ ਪਹੁੰਚੇ ਨੇ। ਜੋ ਪ੍ਰਸ਼ਾਸਨ ਨੇ ਬਾਕੀ ਜੋ ਸ਼੍ਰੋਮਣੀ ਕਮੇਟੀ ਦੇ ਹੋਰ ਉਮਦਾ ਅਧਿਕਾਰੀ ਆਏ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ, ਕਿਉਂਕਿ ਆਹ ਬਿਮਾਰੀ ਕਾਫੀ ਭਿਆਨਕ ਦੱਸੀ ਜਾ ਰਹੀ ਹੈ। ਇਸ ਭਿਆਨਕ ਬਿਮਾਰੀ ਨੂੰ ਰੱਖਦੇ ਪ੍ਰਸ਼ਾਸਨ ਵੱਲੋਂ ਕਾਫੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ। ਤੁਸੀਂ ਦਰਸ਼ਨ ਕਰ ਰਹੇ ਜੇ ਭਾਈ ਸਾਹਿਬ ਦੇ ਅੰਤ ਸਰੀਰ ਦੇ, ਲਾਈਵ ਤਸਵੀਰਾਂ ਨੇ ਜੀ ਜੋ ਤੁਸੀਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੇ ਸਰੀਰ ਦੀਆਂ ਇਸ
ਲਾਈਵ ਤਸਵੀਰਾਂ ਨੇ ਜੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦਾ ਸਰੀਰ ਜੋ ਹੈ ਉਹ ਐਂਬੂਲੈਂਸ ਤੋਂ ਕੱਢ ਕੇ ਬਾਹਰ ਰੱਖ ਲਿਆ ਗਿਆ ਹੈ। ਜੋ ਸਿਹਤ ਵਿਭਾਗ ਦੇ ਅਧਿਕਾਰੀ ਨੇ ਉਹ ਮੌਕੇ 'ਤੇ ਪਹੁੰਚੇ ਹੋਏ ਨੇ। ਜੋ ਸਰੀਰ ਅਰਦਾਸ ਬੇਨਤੀ ਗਿਆਨੀ ਮਲਕੀਤ ਸਿੰਘ ਜੀ ਕਰ ਰਹੇ ਨੇ ਉਹਨਾਂ ਨੂੰ ਵੀ ਕਾਫੀ ਪਿੱਛੇ ਖੜਾ ਕੀਤਾ ਗਿਆ ਹੈ। ਇਸ ਟਾਈਮ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਨੇ ਜੀ। ਅਰਦਾਸ ਹੋ ਚੁੱਕੀ ਹੈ ਜੀ ਅਧਿਕਾਰੀਆਂ ਵੱਲੋਂ, ਗੁਰਮਤਿ ਸੰਗੀਤ ਦੀ ਵਿੱਦਿਆ ਸ਼ਹੀਦ ਸਿੱਖ ਵਿੱਦਿਆ ਕਾਲਜ ਸਾਹਿਬ